ਬੰਦੇ ਦੀ ਕਲਾਇੰਟ ਦੀ ਕਹੇ ਵੀ ਦੁੱਖੀ ਸਮਝਦਾ ਹੀ ਹੈ ਨਹੀਂ ਕਿਸੇ ਦਾ ਦੁੱਖੀ ਨਹੀਂ ਸਮਝਦੇ ਇਹਨਾਂ ਦੇ ਉੱਤੇ ਕਾਰਵਾਈ ਕਰਦਾ ਹੀ ਨਹੀਂ ਕੁਛ ਨਹੀਂ ਉਹਨੇ ਇਹਨਾਂ ਦੇ ਟੇਬਲ ਤੇ 50,000 ਰੁਪਏ ਰੱਖੋ ਜਿੰਨੀ ਮਰਜ਼ੀ ਆਪਰੇਸ਼ਨ ਕਰੀਓ ਕਿਸੇ ਦੇ ਕਿ 50,000 ਟੇਬਲ ਤੇ ਰੱਖ ਇਹਨੇ ਕਹਿੰਦਾ 50 ਹੈ 5 FIR ਕਰ ਦਿੰਦਾ ਉਹਨੇ ਇਹ ਚੱਲਦਾ ਹੀ ਪੈਸੇ ਨਾਲ ਹੈ ਫੋਨ ਘੁਮਾਤੇ ਹੋਣੇ ਲਾਅ ਐਂਡ ਆਰਡਰ ਇੰਨਾ ਕੁ ਖਰਾਬ ਹੋ ਚੁੱਕਾ ਹੈ ਪੰਜਾਬ ਦਾ ਪਹਿਲੇ ਮੂਸਾ ਵਾਲੇ ਦੀ ਡੈਥ ਫਿਰ ਇਹ ਕੀ ਹੋ ਰਿਹਾ ਦੱਸ ਕਿਹੜੀ ਪ੍ਰੋਟੈਕਸ਼ਨ ਦੇ ਦਿੰਦੇ ਆ ਸਭ ਤੋਂ ਵੱਡਾ ਮਾਫੀਆ ਗੈਂਗ ਜਿਹੜਾ ਹੈਗਾ ਗੁੰਡਾਗਰਦੀ ਇੱਥੇ ਪ੍ਰੈਜੀਡੈਂਟ ਰੂਲ ਲੱਗ ਦੇਣਾ ਚਾਹੀਦਾ ਸਰ ਕੀ ਨਾਮ ਕੀ ਆਪਣਾ ਮੇਰਾ ਵਿਪੁਲ ਨਈਅਰ ਹੈ ਸਰ ਕਿੱਥੇ ਦੇ ਰਹਿਣ ਵਾਸੀ ਹੋ ਮੈਂ ਗੁਰੂ ਨਾਨਕ ਪੁਰਾ ਬੈਸ ਜਲੰਧਰ ਦਾ ਸਰ ਕੀ ਗੱਲ ਕੀ ਹੋਈ ਹੈ ਗੱਲ ਮੈਂ ਤੁਹਾਨੂੰ ਅੱਗੇ ਵੀ ਦੱਸੀ ਹੈ ਕਿ ਮੇਰੇ ਫਾਦਰ ਸਾਹਿਬ 30/12 ਨੂੰ ਅਸੀਂ ਮੇਰੇ ਕੋਲ 8-9 ਮਹੀਨਿਆਂ ਦਾ ਆ ਕੇ ਰਹਿੰਦੇ ਪਏ ਆ ਪਠਾਨਕੋਟ ਤੋਂ ਛੋਟੇ ਭਰਾ ਨੇ ਉਹਨਾਂ ਨੂੰ ਤੰਗ ਕੀਤੇ ਦਾ ਸੀ ਬੜਾ ਅਤੇ ਦੂਜਾ ਉਹਨੂੰ ਤੰਗ ਕੀਤੇ ਦਾ ਛੋਟੇ ਭਰਾ ਦਾ ਜਿਹੜਾ ਸਾਨੂੰ ਤੰਗ ਕੀਤੇ ਦਾ ਛੋਟੇ ਭਰਾ ਦਾ ਜਿਹੜਾ ਸੰਡੂ ਹੈ ਹੰਨੀ ਬੇਦੀ ਜਿਹਦੇ 'ਤੇ ਆ ਕਾਰਵਾਈ ਨਹੀਂ ਕਰਦੇ ਪਏ ਦੋਨੋਂ ਆਹੀ ਇੰਨੀ ਰਿਪੋਰਟਾਂ ਮੇਰੇ ਫਾਦਰ ਸਾਹਿਬ ਨੇ ਵੀ ਪਹਿਲੇ ਰਿਪੋਰਟਾਂ ਚੱਲ ਕੇ ਆਏ ਆ ਇੱਥੇ ਇਹਨਾਂ ਨੂੰ ਰਿਪੋਰਟਾਂ ਕਰਾਈਆਂ ਕਿ ਸਾਡੇ 'ਤੇ ਕਾਰਵਾਈ ਕਰਦਾ ਪਿਆ ਉਹ ਸਾਨੂੰ ਝੂਠੇ ਕੇਸਾਂ 'ਚ ਫਸਾਈ ਜਾਂਦਾ ਨਾਲ ਹੱਸੀ ਜਾਂਦਾ ਕਿ ਤੁਸੀਂ ਕੁਛ ਨਹੀਂ ਕਰ ਸਕਦੇ ਕਹਿੰਦਾ ਪ੍ਰਸ਼ਾਸਨ ਮੇਰੇ ਇੱਦਾਂ ਪੁਲਿਸ ਨੂੰ ਤਾਂ ਮੈਂ ਇੱਦਾਂ ਰੱਖਣਾ ਕਹਿੰਦਾ ਪੈਸਿਆਂ 'ਤੇ ਕਹਿੰਦਾ ਪੁਲਿਸ ਦੇ ਮੇਰੇ ਏਦਾਂ ਚੱਲਦੀ ਆ ਕਿੰਨੇ ਗਈ ਇਹ ਹੰਨੀ ਬੇਦੀ ਨੇ ਕਹੀ ਉਹਦੀ ਰਿਕਾਰਡਡ ਆ ਮੇਰੇ ਕੋਲ ਅੱਛਾ ਜੀ ਰਿਕਾਰਡਿੰਗ ਹੈ ਕਹਿੰਦਾ ਪੁਲਿਸ ਪੰਜਾਬ ਪੁਲਿਸ ਕਹਿੰਦਾ ਏਦਾਂ ਵਿਕਦੀ ਹੈ ਏਦਾਂ ਸਰ ਅੱਜ ਕੀ ਕਾਰਨ ਹੋਇਆ ਜਿਹੜਾ ਤੁਸੀਂ ਅੱਜ ਥਾਣਾ 4 ਦੇ ਵਿੱਚ ਨਹੀਂ ਅੱਜ ਮੇਰਾ ਸਭ ਤੋਂ ਵੱਡਾ ਕਾਰਨ ਸਰ ਮੈਨੂੰ 1.5 ਮਹੀਨਾ ਹੋ ਗਿਆ ਨਾਲ ਮਗਜ਼ਮਾਰੀ ਕਰਦੇ ਕਿ ਸਾਨੂੰ ਪ੍ਰੋਟੈਕਸ਼ਨ ਦਿਓ ਸਾਨੂੰ ਧਮਕੀਆਂ ਦਿੰਦਾ ਉਹਦੇ ਚੱਲਦੇ ਹੋਏ ਫਾਦਰ ਸਾਹਿਬ ਬੇਸੁੱਧ ਹੋਏ ਆ ਜਿਹੜਾ ਪੁਰਾਣਾ ਅਸੀਂ ਜਦੋਂ ਉਹਨਾਂ ਨੂੰ ਸ਼੍ਰੀ ਰਾਮ ਨਿਊਰੋ ਹੋਸਪਿਟਲ ਲੈ ਕੇ ਗਏ 15-20 ਦਿਨ ਉੱਥੇ ਵੈਂਟੀਲੇਟਰ 'ਤੇ ਰਹੇ ਆ ਘਰ ਜਦੋਂ ਲੈ ਗਈਆਂ ਇਹਨਾਂ ਦਾ ਬੈੱਡ ਥੱਲੇ ਲਾਇਆ ਬੈੱਡ ਦੇ ਗੱਦੇ ਥੱਲੋਂ ਲੈਟਰਾਂ ਨਿਕਲੀਆਂ ਜਿਹੜੀਆਂ ਇਹਨਾਂ ਨੂੰ ਮੈਂ ਲਿਆ ਕੇ ਲੈਟਰਾਂ ਸਿੱਧੀਆਂ ਮੈਂ ਪਹਿਲਾਂ ਆਪਣੇ ਮਨਦੀਪ ਸਿੰਘ ਸਚਦੇਵਾ ਐਡਵੋਕੇਟ ਦੇ ਉਹਨਾਂ ਕੋਲ ਗਿਆ ਉਹਨਾਂ ਨੇ 4 ਲੈਟਰਾਂ ਮੈਨੂੰ ਬਣਾ ਕੇ ਦਿੱਤੀਆਂ ਕੰਪਲੇਂਟ ਦੀਆਂ ਕਹਿੰਦੇ ਇੱਕ CP ਕੋਲ ਚੱਲ ਜਾ ਮਾਰਕ ਕਰਾ ਦੇ ਜਾ ਕੇ ਇੱਕ ACP ਕੋਲ ਚੱਲ ਜਾ ਮਾਰਕ ਕਰਾ ਦੇ ਇੱਕ SHO ਥਾਣੇ ਨੂੰ ਦੇ ਆ ਸਰ ਵਜ੍ਹਾ ਕੀ ਰਹੀ ਹੈ ਸੁਸਾਈਡ ਨੋਟ ਲਿਖਣ ਦੀ ਸੁਸਾਈਡ ਨੋਟ ਲਿਖਣ ਦੀ ਵਜ੍ਹਾ ਜਿਹੜੀ ਤੱਕ ਮੈਨੂੰ ਇਹੀ ਗੱਲ ਸਮਝ ਲੱਗਦੀ ਉਹਨਾਂ ਨੂੰ ਸਟ੍ਰੋਕ ਲੱਗਿਆ ਦਿਮਾਗ 'ਤੇ ਇੱਕ ਤਾਂ ਪੁਰਾਣੀ ਬਿਮਾਰੀ ਸੀ ਉਹਨਾਂ ਨੂੰ ਇੱਕ ਉਹਨਾਂ ਨੂੰ ਸਟ੍ਰੋਕ ਇਹ ਲੱਗਿਆ ਕਿ ਜਿਹੜਾ ਫੈਸਲਾ ਆਇਆ ਉਸ ਦਿਨ ਜਿਹੜਾ ਉਹਨਾਂ ਦਾ ਜਿਹੜਾ ਰਜਿਸਟਰੀ ਦਾ ਉਹਨਾਂ ਨੇ ਕੈਂਸਲ ਪਾਉਣ ਨੂੰ ਪਾਇਆ ਦਾ ਸੀ ਉਹ ਉਹਨਾਂ ਦਾ ਪਤਾ ਲਾਇਆ ਅਤੇ ਦੂਸਰਾ ਉਹ ਪਰੇਸ਼ਾਨ ਹੈ ਉਹ ਇਹਦੇ ਹੀ ਕਿ ਮੈਂ ਉਹਨਾਂ ਨਾਲ 6-7-8 ਮਹੀਨੇ ਤੋਂ ਲੱਗਿਆ ਦਾ ਸੀ ਕੇਸਾਂ ਦੇ ਚੱਕਰਾਂ 'ਚ ਅਤੇ ਇਹ ਮੇਰੇ ਨਾਲ ਲੱਗਿਆ ਹੋਇਆ ਅਤੇ ਉਦੋਂ ਦੀ ਉਹਨੂੰ ਇੱਕ ਤੋਂ ਇੱਕ ਕੇਸ ਫਸਾਈ ਜਾ ਰਿਹਾ ਹੰਨੀ ਬੇਦੀ ਨੇ ਮੈਨੂੰ ਡੈਫਾਮੇਸ਼ਨ ਦਾ ਝੂਠਾ ਕੇਸ ਕਰਕੇ ਲੁਧਿਆਣੇ ਫਸਾ ਦਿੱਤਾ ਜਿੱਥੇ ਮੇਰੇ ਹੋਰ ਪੈਸੇ ਖੋਲ ਦਿੱਤੇ ਆ ਠੀਕ ਹੈ ਉਹ ਇਹ ਗੱਲਾਂ ਤੋਂ ਸ਼ੁਰੂ ਤੋਂ ਹੀ ਪਰੇਸ਼ਾਨ ਹੋਏ ਦੇ ਦੂਜਾ ਉਹ ਡਿਪਰੈਸ਼ਨ ਦੇ ਮਰੀਜ਼ ਸੀ ਜਦੋਂ ਦੂਸਰਾ ਉਹਨਾਂ ਨੂੰ ਕੋਈ 1 ਸਾਲ ਪਹਿਲਾਂ ਉੱਥੇ ਪਠਾਨਕੋਟ 'ਚ ਕੋਈ ਸੰਡਾ ਮਾਰ ਕੇ ਗਿਆ ਸੀ ਅਤੇ ਉਹ ਛੋਟੇ ਬ੍ਰਦਰ ਨੇ ਉਹਨਾਂ ਦਾ ਐਕਸਰੇ ਤੱਕ ਨਹੀਂ ਕਰਵਾਇਆ ਉਹਨੂੰ ਕਿਹਾ ਜੀ ਐਕਸਰੇ ਕਰਾਇਆ ਅਤੇ ਰਿਪੋਰਟਾਂ ਲਿਆ ਦੇ ਐਕਸਰੇ ਦੀਆਂ ਮੈਨੂੰ ਦਿਖਾ ਦੇ ਜਾਂ ਕਿਹੜੇ ਡਾਕਟਰ ਕੋਲ ਲੈ ਕੇ ਗਿਆ ਜਦੋਂ ਇੱਥੇ ਉਹਨਾਂ ਨੇ ਡਾਇਗਨੋਸ ਕੀਤਾ ਉਹਨਾਂ ਨੇ ਕਿਹਾ ਇਹਨਾਂ ਦਾ ਰੈਸਪੀਰੇਟਰੀ ਸਿਸਟਮ ਜਿਹੜਾ ਰੈਸਪੀਰੇਸ਼ਨ ਸਿਸਟਮ ਠੀਕ ਹੈ ਆਹੀ ਇਹਨਾਂ ਨੂੰ ਇਹੀ ਗੱਲ ਕਹੀ ਵਾਰ ਵਾਰ ਆ ਗਏ ਕਿ ਘੁੰਮਣ ਸਾਹਿਬ ਨੂੰ ਮੈਂ ਦੇਖੋ ਇਸ ਗੱਲੋਂ ਮੈਂ SHO ਸਾਹਿਬ ਨੂੰ ਕੁਛ ਨਹੀਂ ਕਹਾਂਗਾ ਇਹ ਮੈਨੂੰ ਪਹਿਲੀ ਵਾਰੀ ਮਿਲੇ ਆ ਮੇਰੀ ਜਿਹੜੀ ਲੜਾਈ ਹੈਗੀ ਆ ਇਸ ACP ਨਿਰਮਲ ਦੀ ਹੈਗੀ ਆ ਔਰ ਘੁੰਮਣ ਦੀ ਸਭ ਤੋਂ ਜ਼ਿਆਦਾ ਕਲਪਰੇਟ ਜਿਹੜਾ ਜੇ ਤੁਹਾਡੀ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੁਸਾਈਡ ਨੋਟ ਦੇ ਮੁਤਾਬਿਕ ਤਾਂ ਤੁਹਾਡਾ ਅੱਗੇ ਕੀ ਰਹੇਗਾ ਮੈਂ ਇੱਥੋਂ ਉੱਠਣਾ ਹੀ ਨਹੀਂ ਸਰ ਅਗਨੀ ਮੇਰੇ ਘਰ ਫਾਦਰ ਸਾਹਿਬ ਦੀ ਲਾਸ਼ ਉੱਥੇ ਪਈ ਹੈ ਸਾਰੇ ਰਿਸ਼ਤੇਦਾਰ ਪਹੁੰਚ ਚੁੱਕੇ ਦੇ ਆ ਮੇਰੀ ਵਾਈਫ ਵੀ ਆਈ ਸੀ ਮੈਨੂੰ ਉੱਥੇ ਉਠਾਉਣ 6:30 ਦੀ ਲਾਸ਼ ਉੱਥੇ ਪਈ ਹੈ ਇਹਨਾਂ ਨੂੰ ਅਸਰ ਨਹੀਂ ਹੈਗਾ ਕੋਈ ਘੁੰਮਣ ਮੈਨੂੰ ਕਹਿ ਕੇ ਗਿਆ ਉਹ ਜਿਹੜਾ ਅੰਦਰ ਬੈਠਦਾ ਔਰ ਇੱਦਾਂ ਬੈਠਦੇ ਆ ਜਿੱਦਾਂ ਪਹਿਚਾਣ ਨਹੀਂ ਹੋਗੀ ਕਾਲੀ ਜੈਕਟ ਯੇ ਬੋ ਠੀਕ ਹੈ ਔਰ ਮੈਨੂੰ ਕਹਿ ਕੇ ਕਿਹਾ ਮੈਂ ਹੰਨੀ ਨੂੰ ਲੈਣ ਚੱਲਾਂ ਉਹਦੇ ਫੋਨ ਔਨ ਹੈ ਹੰਨੀ ਦੇ ਹੰਨੀ ਬੇਦੀ ਦਾ ਫੋਨ ਔਨ ਉਹਨੂੰ ਫੜ ਨਹੀਂ ਸਕਦੇ ਆ ਕਿਉਂਕਿ ਉੱਥੇ ਰਸੂਕ ਹੈ ਹਾਂਜੀ ਮੁਕੇਸ਼ ਸਰ ਮਾੜਾ ਦੱਸ ਦਿਓ ਜਿਹੜਾ ਬੰਦਾ ਬੈਠਾ ਥਾਣਾ 4 ਦੇ ਵਿੱਚ ਕੀ ਮਾਮਲਾ ਕੀ ਹੈ ਅਜੇ ਤਾਂ ਪਹਿਲਾਂ ਸਾਡਾ ਏਰੀਆ ਨਹੀਂ ਹੈਗਾ ਰਾਮਾ ਮੰਡੀ ਦਾ ਹੈਗਾ ਏਰੀਆ ਹੈ ਅੱਛਾ ਜੀ ਇਹਦੇ ਫਾਦਰ ਦੀ ਡੈਥ ਹੋਈ ਹੈ ਇਹ ਬੰਦਾ ਡਿਪਰੈਸ਼ਨ ਵਿੱਚ ਆਇਆ ਹੋਇਆ ਉੱਦਾਂ ਹੀ ਮੁੜੀ ਜਾਂਦਾ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ ਪਰ ਇਹਦਾ ਕਹਿਣਾ ਹੈ ਕਿ ਜੋ ਸੁਸਾਈਡ ਨੋਟ ਦਿੱਤਾ ਹੋਇਆ ਅੱਜ ACP ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਾ ਵਾ ਅਤੇ ਇਹ ACP ਸਾਹਿਬ ਦੀ ਨਜ਼ਰ ਦੇ ਵਿੱਚ ਇਹ ਗੱਲ ਹੈਗੀ ਹੈ ਹਾਂ ਬਿਲਕੁਲ ਹੈਗੀ ਉਹਨਾਂ ਨੇ ਕਹਿਤਾ ਵੀ ਜੋ ਵੀ ਬੰਦੀ ਕਾਰਵਾਈ ਕਰ ਦੇਵਾਂਗੇ ਅੱਛਾ ਜੀ ਹਾਂ ਜੋ ਵੀ ਬਿਆਨ ਦੋਗੇ ਉਹਦੇ ਘਰ ਦੇ ਠੀਕ ਹੈ ਜੀ ਇਹ ਬੰਦਾ ਡਿਪਰੈਸ਼ਨ ਵਿੱਚ ਆਇਆ ਜਿਹੜਾ ਬੋਲਦਾ ਪਿਆ ਨਹੀਂ ਹੁਣ ਇਹਦਾ ਕਹਿਣਾ ਕਿ ਮੈਂ ਇੱਥੇ ਹੀ ਬੈਠੇ ਰਹਾਂਗਾ ਕਿ ਇਹਨੂੰ ਘਰ ਪਹੁੰਚਾਇਆ ਜਾਵੇਗਾ ਕਿ ਇੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਪਿਆਰ ਨਾਲ ਘਰ ਖੜੇ ਜਾਉਣ ਦੀ ਠੀਕ ਹੈ ਸਰ